ਸ਼ਰਧਾ ਦੇ ਫੁੱਲ ਲੈ ਕੇ ਸੰਗਤਾਂ ਮਹਾਰਾਜ ਦਰਬਾਰ ਚ ਹਾਜ਼ਰੀਆਂ ਭਰੇਗੀ। ਇਸ ਵੀਡੀਓ ਦੇ ਮਾਧਿਅਮ ਰਾਹੀਂ ਅਸੀਂ ਤੁਹਾਨੂੰ ਦਰਸ਼ਨ ਕਰਾ ਚੁੱਕੇ ਹਾਂ ਚਰਨ ਗੰਗਾ ਜਾਂ ਇਹ ਸਿੱਧਾ ਧੌਲੀ ਧਾਰਨ ਨੂੰ ਜਾਂਦੀ ਹਨ, ਇਹ ਇੱਕ ਸ਼ੋਰਟਕਟ ਰਸਤਾ ਹੈ। ਹੈਲੋ ਦੋਸਤੋ, ਕੀ ਹਾਲ ਚਾਲ ਹੈ ਜੀ? ਹੋਪ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਆਪਾਂ ਪਿਛਲੀ ਵੀਡੀਓ ਦੇ ਵਿੱਚ ਦਰਸ਼ਨ ਕੀਤੇ ਸੀ ਡੇਰਾ ਬਾਬਾ ਭਾਗ ਸਿੰਘ ਜੀ ਅਤੇ ਉਹਨਾਂ ਦੇ ਤਪ ਸਥਾਨ। ਅੱਜ ਆਪਾਂ ਦਰਸ਼ਨ ਕਰਨ ਜਾਵਾਂਗੇ ਧੌਲੀ ਧਾਰ ਚਰਨ ਗੰਗਾ ਦੇ। ਕਿਹਾ ਜਾਂਦਾ ਹੈ ਜੋ ਲੋਕ ਬੁਰੇ ਪ੍ਰਭਾਵਾਂ ਤੋਂ ਸੁਰੱਖਿਆ ਦੀ ਮੰਗ ਕਰਦੇ ਹਨ ਜਾਂ ਫਿਰ ਮੈਂਟਲੀ ਅਪਸੈਟ ਰਹਿੰਦੇ ਹਨ, ਉਹ ਪੂਰਨਮਾਸ਼ੀ ਵਾਲੇ ਦਿਨ ਡੇਰਾ ਬਾਬਾ ਭਾਗ ਦੇ ਮੱਥਾ ਟੇਕਣ ਤੋਂ ਬਾਅਦ ਚਰਨ ਗੰਗਾ ਇਸ਼ਨਾਨ ਕਰਨ ਜਾਂਦੇ ਹਨ, ਜਿਸ ਨਾਲ ਉਹ ਬੁਰੇ ਪ੍ਰਭਾਵਾਂ ਤੋਂ ਮੁਕਤ ਹੋ ਜਾਂਦੇ ਹਨ। ਆਓ ਚੱਲਦੇ ਹਾਂ ਜੀ, ਅੱਜ ਆਪਾਂ ਵੀ ਦਰਸ਼ਨ ਕਰਦੇ ਹਾਂ ਉਸ ਸਥਾਨ ਦੇ ਅਤੇ ਜਾਣਦੇ ਹਾਂ ਇਸ ਸਥਾਨ ਦੇ ਮਹੱਤਤਾ ਦੇ ਬਾਰੇ। ਹਾਂਜੀ ਦੋਸਤੋ, ਆਹ ਜੋ ਸੀੜੀਆਂ ਤੁਸੀਂ ਦੇਖ ਸਕਦੇ ਹੋ, ਇਹ ਧੌਲੀ ਧਾਰ ਨੂੰ ਜਾਣ ਲਈ ਸ਼ੋਰਟਕੱਟ ਰਸਤਾ ਹੈ। ਅਗਰ ਤੁਸੀਂ ਆਪਣਾ ਵਹੀਕਲ ਲੈ ਕੇ ਆ ਰਹੇ ਹੋ ਜਾਂ ਫਿਰ ਪ੍ਰਾਈਵੇਟ ਟੈਕਸੀ ਬੁੱਕ ਕਰਾ ਰਹੇ ਹੋ ਤਾਂ ਆਹ ਮੇਨ ਰੋਡ ਬਣਿਆ ਹੋਇਆ ਹੈ। ਅਤੇ ਚਲੋ ਆਪਾਂ ਚੱਲਾਂਗੇ ਮੇਨ ਰੋਡ ਤੋਂ। ਧੌਲੀ ਧਾਰ ਪਹੁੰਚ ਚੁੱਕੇ ਹਾਂ ਜੀ। ਪਾਰਕਿੰਗ ਇੱਥੇ ਬਿਲਕੁਲ ਫ੍ਰੀ ਹੈ ਅਤੇ ਬਹੁਤ ਵੱਡਾ ਪਾਰਕਿੰਗ ਏਰੀਆ ਇੱਥੋਂ ਦਾ। ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੋਣਾ, ਡੇਰਾ ਬਾਬਾ ਭਾਗ ਸਿੰਘ ਤੋਂ ਧੌਲੀ ਧਾਰ ਆਉਣ ਦੇ ਲਈ ਰਸਤੇ ਬਹੁਤ ਵਧੀਆ ਅਤੇ ਸ਼ਾਨਦਾਰ ਬਣਾਏ ਗਏ ਹਨ। ਹਾਂਜੀ ਦੋਸਤੋ, ਠੀਕ ਸਾਹਮਣੇ ਤੁਸੀਂ ਦੇਖ ਸਕਦੇ ਹੋ ਮੇਨ ਐਂਟਰੀ ਗੇਟ, ਅਤੇ ਮੇਨ ਐਂਟਰੀ ਗੇਟ ਤੋਂ ਅੰਦਰ ਆਉਂਦੇ ਹੀ ਤੁਹਾਨੂੰ ਸੱਜੇ ਹੱਥ ਠੀਕ ਉਸ ਜਗ੍ਹਾ 'ਤੇ ਜੋੜਾ ਘਰ ਮਿਲ ਜਾਏਗਾ। ਇੱਥੇ ਤੁਸੀਂ ਆਪਣੇ ਜੋੜੇ ਡਿਪੋਜ਼ਿਟ ਕਰਵਾ ਸਕਦੇ ਹੋ। ਠੀਕ ਸਾਹਮਣੇ ਜੋੜਾ ਘਰ ਹੈ ਜੀ। ਹਿਮਾਚਲ ਦੀ ਭੂਮੀ ਜਿਹੜੀ ਹੈ ਦੇਵ ਭੂਮੀ ਹੈ। ਸਮੇਂ ਸਮੇਂ ਪਰ ਕਈ ਸੰਤ ਮਹਾਂਪੁਰਸ਼ ਆਏ ਜਿਨ੍ਹਾਂ ਨੇ ਸਾਡਾ ਮਾਰਗਦਰਸ਼ਨ ਕੀਤਾ ਹੈ, ਸੰਗਤਾਂ ਨੂੰ ਆਤਮ ਗਿਆਨ ਦੇ ਬਾਰੇ 'ਚ ਦੱਸਿਆ ਹੈ। ਹਾਂਜੀ, ਪ੍ਰਾਣੀ ਬੜੇ ਲੰਬੇ ਸਮੇਂ ਦੇ ਭਟਕ ਰਿਹਾ ਹੈ ਔਰ ਸਮੇਂ ਸਮੇਂ ਪਰ ਮਹਾਰਾਜ ਨੇ ਕਈ ਰੂਪਾਂ ਵਿੱਚ ਆ ਕੇ ਲੋਕਾਂ ਦਾ ਮਾਰਗਦਰਸ਼ਨ ਕੀਤਾ ਹੈ। ਆਤਮ ਗਿਆਨ ਦੀ ਜਿਹੜੀ ਹੈ ਪ੍ਰਾਪਤੀ ਵਾਸਤੇ ਸਾਡਾ ਮਾਰਗਦਰਸ਼ਨ ਹੋਇਆ ਹੈ। ਉਸੀ ਕੜੀ ਵਿੱਚ ਸੰਤ ਬਾਬਾ ਜੀ ਆਏ, ਇੱਥੇ ਕਿ ਬੈੜੀ ਵਾਲੇ ਭੂਮੀ 'ਚ ਕਈ ਮਹਾਤਮਾ ਸਿੰਘ ਪੁਰਸ਼ ਆਏ, ਉਹਦੇ ਵਿੱਚ ਬਾਬਾ ਭੜਵਾ ਸਿੰਘ ਜੀ ਵੀ ਇੱਕ ਪ੍ਰਮੁੱਖ ਹਸਤੀ ਹੈ। ਹਾਂਜੀ ਬਾਬਾ ਜੀ, ਔਰ ਉਹਨਾਂ ਦਾ ਜਿਹੜਾ ਹੈ ਯਾਦ ਵਿੱਚ ਹੁਣ ਹੋਲੀਆਂ ਦਾ ਮੇਲਾ ਹੋ ਰਿਹਾ ਹੈ ਜਿਹਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤਾਂ ਨੇ ਆਉਣਾ ਹੈ। ਔਰ ਇੱਕ ਬਹੁਤ ਵੱਡੀ ਖੂਬਸੂਰਤ ਗੱਲ ਹੈ ਕਿ ਸੰਤ ਔਰ ਬਸੰਤ ਦਾ ਮਿਲਣ ਹੈ। ਸੰਤ ਜਦੋਂ ਆਉਂਦੇ ਹੈ ਸੰਸਕ੍ਰਿਤੀ ਬਹੁਤ ਸੁੰਦਰ ਹੁੰਦੀ ਹੈ, ਔਰ ਉਸੇ ਤਰ੍ਹਾਂ ਜਿਸ ਤਰ੍ਹਾਂ ਬਸੰਤ ਆਉਂਦਾ ਹੈ ਤਾਂ ਪ੍ਰਕਿਰਤੀ ਬਹੁਤ ਸੁੰਦਰ ਹੁੰਦੀ ਹੈ। ਸ਼ਰਧਾ ਦੇ ਫੁੱਲ
ਲੈ ਕੇ ਸੰਗਤਾਂ ਮਹਾਰਾਜ ਦਰਬਾਰ 'ਚ ਹਾਜ਼ਰੀਆਂ ਭਰੇਗੀ। ਉਹਨਾਂ ਦੀਆਂ ਜਿਹੜੀਆਂ ਮਨੋਕਾਮਨਾ ਜਿਹੜੀਆਂ ਪੂਰਨ ਹੁੰਦੀਆਂ ਨੇ, ਧੌਲੀ ਧਾਰ ਦੇ ਪਵਿੱਤਰ ਇਸ਼ਨਾਨ ਕਰੋ, ਦੀਨਾਰ ਸਿੰਘ ਦੇ ਦਰਸ਼ਨ ਕਰੋ, ਸੰਤਾਂ ਦੇ ਦਰਸ਼ਨ ਕਰੋ ਔਰ ਪਰਮਾਨੰਦ ਦੀ ਜਿਹੜੀ ਹੈ ਪ੍ਰਾਪਤੀ ਕਰੋ, ਕਿਉਂਕਿ ਮਾਨਵ ਦਾ ਜੀਵਨ ਇਸ ਵਾਸਤੇ ਹੋਇਆ ਹੈ ਕਿ ਉਹਨੂੰ ਆਤਮ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ 84 ਲੱਖ ਜੋਨੀਆਂ ਦੇ ਬਾਅਦ ਇੱਕੋ ਹੀ ਜਿਹੜੀ ਜੋਨੀ ਆਉਂਦੀ ਹੈ ਜਿਹਦੇ ਵਿੱਚ ਅਸੀਂ ਆਤਮ ਦਾ ਸਾਕਸ਼ਾਤ ਕਰ ਸਕਦੇ ਹਾਂ, ਜਿਹਦੇ 'ਚ ਪੁਰਾਣੇ ਨੂੰ ਆਪਣੇ ਅਨੁਭਵ ਨਾਲ ਜਿਹੜਾ ਹੈ ਗਿਆਨ ਦੀ ਪ੍ਰਾਪਤੀ ਕਰ ਸਕਦੇ ਹਾਂ। ਸੋ ਸੰਗਤਾਂ ਨੂੰ ਚਾਹੀਦਾ ਹੈ ਕਿ ਕੁਛ ਮਰਿਆਦਾਵਾਂ ਰੱਖਣ ਔਰ ਮਰਿਆਦਾ ਦੇ ਅਨੁਸਾਰ ਜਿਹੜਾ ਹੈ ਗੁਰੂ ਨੂੰ ਸ਼ਰਧਾ ਦੇ ਨਾਲ ਆਪਣੇ ਸ਼ਰਧਾ ਦੇ ਸੁਮਨਾ ਵਰਤੇ ਕਰਦੇ ਹੋਏ ਮਹਾਰਾਜ ਦੇ ਦਰਸ਼ਨ ਕਰਨ। ਜੈ ਵੀਰਨਾਰ ਸਿੰਘ ਜੀ ਮਹਾਰਾਜ। ਇੱਕ ਸਵਾਮੀ ਜੀ, ਇੱਕ ਦਰਸ਼ਨੀ ਖੱਡ ਦੇ ਬਾਰੇ ਥੋੜ੍ਹਾ ਸਾਨੂੰ ਡਿਟੇਲ ਵਿੱਚ ਚਾਨਣਾ ਪਾਓ ਜੀ। ਇੱਥੇ ਜਿਵੇਂ ਸਾਧ ਸੰਗਤ ਆਉਂਦੀਆਂ ਨੇ, ਹੁੰਮ ਹੁਮਾ ਕੇ ਪਹੁੰਚ ਰਹੀਆਂ ਨੇ, ਜਿਸ ਤਰ੍ਹਾਂ ਉਹਨਾਂ ਦਾ ਬਹੁਤ ਜ਼ਿਆਦਾ ਇੱਥੇ ਭਗਤੀ ਹੈ, ਜਾਣਨਾ ਚਾਹੁੰਦੇ ਨੇ ਇਸ ਦੇ ਬਾਰੇ, ਇਤਿਹਾਸ ਬਾਰੇ ਦਰਸ਼ਨੀ ਖੱਡ ਦੇ। ਦਰਸ਼ਨੀ ਖੱਡ ਦੇ ਬਾਰੇ 'ਚ ਕੋਈ ਸਾਡੇ ਕੋਲ ਕੋਈ ਲਿਖਤ ਇਤਿਹਾਸ ਤਾਂ ਨਹੀਂ ਹੈਗਾ, ਪਰ ਜਿਹੜੇ ਪੁਰਾਣੇ ਮਹਾਤਮਾ ਸੰਤ ਪੁਰਸ਼ ਜਾਂ ਜਿਹੜੇ ਇੱਥੇ ਦੇ ਬਛਿੰਦੇ ਸੀਗੇ ਉਹ ਕਹਿੰਦੇ ਸੀ ਕਿ ਮਹਾਰਾਜ ਨੇ ਇੱਥੇ ਇਸ਼ਨਾਨ ਕੀਤਾ ਥਾ ਔਰ ਇਸ਼ਨਾਨ ਕਰਨ ਉੱਥੇ ਦੀ ਵੀ ਉਹਨਾਂ ਦੀ ਮਾਨਤਾ ਹੈ, ਉਹ ਇਸ਼ਨਾਨ ਕਰਕੇ ਫਿਰ ਉੱਪਰ ਆਏ, ਉਹਨਾਂ ਨੇ ਆਪਣੇ ਉੱਥੇ ਆਤਮ ਗਿਆਨ ਦੀ ਜਾਂ ਪਰਮ ਸ਼ਾਂਤੀ ਦੀ ਜਿਹੜੀ ਹੈ ਪ੍ਰਾਪਤੀ ਕੀਤੀ, ਐਸਾ ਜਿਹੜਾ ਹੈ ਲੋਕਾਂ ਦੁਆਰਾ ਕਿਹਾ ਗਿਆ। ਬਾਕੀ ਧੌਲੀ ਧਾਰ ਦੀ ਆਪਣੀ ਮਰਿਆਦਾ ਹੈ, ਧੌਲੀ ਧਾਰ ਨੂੰ ਵੈਸੇ ਸ਼੍ਰੀ ਚੰਗਾ ਦੇ ਰੂਪ 'ਚ ਜਾਣਦੇ ਹੈ। ਧੌਲੀ ਧਾਰ ਤਾਂ ਕਹਿੰਦੇ ਕਿ ਸਫੇਦ ਪਰਬਤਾਂ ਵਿੱਚ ਇੱਕ ਧਾਰ ਨਿਕਲ ਰਹੀ ਹੈ ਜੋ ਬਹੁਤ ਪਵਿੱਤਰ ਹੈ। ਔਰ ਇਹ ਵੀ ਗੱਲ ਕਹੀ ਗਈ ਹੈ ਕਿ ਜਦ ਕੌਰਵ ਪਾਂਡਵ ਜਿਹੜੇ ਥੇ ਜੰਗਲਾਂ ਵਿੱਚ 14 ਸਾਲ ਆਪਣਾ ਬਨਵਾਸ ਕੱਟ ਰਹੇ ਸੀਗੇ ਤੇ ਉਹਨਾਂ ਨੇ ਜਿਹੜਾ ਥਾ ਕਾਲੇ ਧਿਊਸਰ ਮਹਾਦੇਵ ਤੇ, ਜਿਸ ਟਾਈਮ ਉਹ ਕਾਲੇਸ਼ਵਰ ਮਹਾਦੇਵ ਦੇ ਉਹਨਾਂ ਨੇ ਦਰਸ਼ਨ ਕੀਤੇ ਥੇ, ਉਹ ਧੌਲੀ ਧਾਰ ਇਸ ਚੰਗੰਗਾ ਦੇ ਵੀ ਉਹਨਾਂ ਨੇ ਇਸ਼ਨਾਨ ਕਰਦੇ ਹੋਏ ਗਏ, ਕਿਉਂਕਿ ਉਹਦੇ ਪ੍ਰਤਾਪ ਦੇ ਨਾਲ ਇਸ ਕੁੰਡ ਵਿੱਚ ਅਗਨੀ ਦਾ ਵਾਸ ਹੈ ਔਰ ਇੱਥੇ ਵੀਰਨਾਰ ਸਿੰਘ ਮਹਾਰਾਜ ਦਾ ਪਹਿਰਾ ਹੈ ਜਿਹਦੇ ਨਾਲ ਲੋਕਾਂ ਦੇ ਦੁੱਖਾਂ ਦਾ ਨਾਸ਼ ਹੁੰਦਾ ਹੈ ਔਰ ਉਹਨਾਂ ਨੂੰ ਤਨ ਔਰ ਮਨ ਦੀ ਜਿਹੜੀ ਹੈ ਸ਼ੁੱਧੀ ਹੁੰਦੀ ਹੈ। ਚੜ੍ਹਦੀ ਕਲਾ। ਹਾਂਜੀ ਦੋਸਤੋ, ਇਸ ਵੀਡੀਓ ਦੇ ਮਾਧਿਅਮ ਰਾਹੀਂ ਅਸੀਂ ਤੁਹਾਨੂੰ ਦਰਸ਼ਨ ਕਰਾ ਚੁੱਕੇ ਹਾਂ ਚਰਨ ਗੰਗਾ ਯਾਨੀ ਕਿ ਧੌਲੀ ਧਾਰ ਅਤੇ ਵੀਰਨਾਰ ਸਿੰਘ ਜੀ ਦੀ ਪਵਿੱਤਰ ਜਗ੍ਹਾ। ਇਸ ਤੋਂ ਬਾਅਦ ਅਸੀਂ ਵੀਰਨਾਰ ਸਿੰਘ ਜੀ ਦੇ ਨਾਲ ਰਿਲੇਟਡ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ। ਤੱਕ ਤੁਸੀਂ ਇੰਜੋਏ ਕਰੋ ਜੀ ਇੱਥੋਂ ਦੇ ਪਰਬਤੀ ਵਿਊ ਨੂੰ। ਇਹ ਸਾਰੀ ਧੌਲ ਧਾਰ ਦੀਆਂ ਪਹਾੜੀਆਂ ਨੇ ਤੇ ਬਹੁਤ ਹੀ ਮਨਮੋਹਿਕ ਇੱਥੋਂ ਦਾ ਦ੍ਰਿਸ਼ ਹੈ। ਤੇ 2 ਮਿੰਟ ਸੋਚਿਆ ਕਿ ਇੱਥੇ ਰੁਕ ਕੇ ਥੋੜ੍ਹਾ ਤੁਹਾਨੂੰ ਦਿਖਾਈਏ ਇੱਥੋਂ ਦੇ ਵਿਊ, ਤੇ ਦੇਖੋ ਜੀ। ਚਲੋ ਜੀ ਦਿਖਾਓ ਕੈਮਰਾਮੈਨ ਜੀ।